ਨਿੰਦਰ ਕੁ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਕਹਿੰਦਾ ਹੋਇਆ ਖਬਰਾਂ ਦਾ ਪਹਿਲਾ ਹਿੱਸਾ ਲੈ ਕੇ ਹਾਜ਼ਰ ਹੈ। ਕਰੋਨਾ ਦਾ ਕਹਿਰ ਪੂਰੇ ਪੰਜਾਬ 'ਚ ਨਹੀਂ ਪੂਰੇ ਭਾਰਤ 'ਚ ਨਹੀਂ ਪੂਰੀ ਦੁਨੀਆ ਵਿੱਚ ਜਾ ਰਹੀ ਹੈ ਔਰ ਭਾਰਤ ਤੇ ਪੰਜਾਬ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਪੰਜਾਬ 'ਚ ਜਿਹੜੀ ਅਪਡੇਟ ਆ ਰਹੀ ਹੈ ਜਿਹੜੇ ਸ਼ਰਧਾਲੂ ਹਜ਼ੂਰ ਸਾਹਿਬ ਨਾਲ ਦੇਣ ਗਏ ਸਨ ਉਹਨਾਂ ਦੇ ਵਾਪਸ ਆਉਣ ਨਾਲ ਪੰਜਾਬ 'ਚ ਹੋਰ ਵੀ ਕਹਿਰ ਤੇ ਕਰੋਪੀ ਕਰੋਨਾ ਦੀ ਵਧ ਗਈ ਹੈ। ਮਾਝੇ ਚ ਚੱਲੀਏ ਤਾਂ ਤਰਨਤਾਰਨ ਚ ਸੱਤ ਹੋਰ ਕਰੋਨਾ ਕੇਸਾਂ ਦੀ ਪੁਸ਼ਟੀ ਹੋਈ ਹੈ ਸੰਗਰੂਰ ਵਿੱਚ ਵੀ ਦੋ ਹੋਰ ਕਰੋਨਾ ਕੇਸ ਆਏ ਨੇ ਜਲੰਧਰ ਵਿੱਚ ਤਿੰਨ ਹੋਰ ਕਰੋਨਾ ਕੇਸਾਂ ਦੀ ਪਛਾਣ ਹੋਈ ਹੈ ਫਲੋਰ ਤੋਂ ਖਬਰਾਂ ਅਨੁਸਾਰ ਹਜ਼ੂਰ ਸਾਹਿਬ ਤੋਂ ਪਰਤੇ ਬਕਾਪੁਰ ਦੇ ਇੱਕ ਸ਼ਰਧਾਲੂ ਨੂੰ ਕਰੋਨਾ ਹੋਇਆ ਹੈ ਮੁਕਸਰ ਸਾਹਿਬ ਦੇ ਤਿੰਨ ਲੋਕਾਂ ਦੀਆਂ ਰਿਪੋਰਟਾਂ ਵੀ ਕਰੋਨਾ ਤੋਂ ਪੋਜ਼ਟਿਵ ਰਵਾਈਆਂ ਹਨ ਚੰਡੀਗੜ੍ਹ 'ਚ ਕਰੋਨਾ ਜੰਗ ਲੜ ਰਹੀ ਏ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੈ ਚੰਡੀਗੜ੍ਹ 'ਚ ਪੰਜ ਹੋਰ ਕਰੋਨਾ ਕੇਸ ਅੱਜ ਸਾਹਮਣੇ ਆਏ ਸੰਗਰੂਰ ਦੇ ਪਿੰਡ ਖਾਨਪੁਰ ਬਨਪੌਰੀ 'ਚ ਦੋ ਜਣਿਆਂ ਦੀ ਰਿਪੋਰਟ ਪੋਜ਼ਿਟਿਵ ਆਈ ਸਮਾਣਾ ਤੋਂ ਖਬਰਾਂ ਹਜ਼ੂਰ ਸਾਹਿਬ ਤੋਂ ਆਈ ਸ਼ਰਧਾਲੂਆਂ 'ਚੋਂ ਇੱਕ ਦੀ ਰਿਪੋਰਟ ਪੋਜ਼ਿਟਿਵ ਆਈ ਅੱਜ ਅਮਰਸਰ 'ਚ ਜਦੋਂ ਹੋਰ ਵੀ ਹੜਕੰਪ ਮਚ ਗਿਆ ਜਦੋਂ ਦੋ ਦਰਜਨ ਦੇ ਕਰੀਬ ਲੋਕਾਂ ਦੀ ਰਿਪੋਰਟਾਂ ਪੋਜ਼ਿਟਿਵ ਆ ਗਈਆਂ ਇਹ ਸਾਰੇ ਹਜ਼ੂਰ ਸਾਹਿਬ ਤੋਂ ਪਰਤੇ ਨੇ ਜੰਡਿਆਲਾ ਗੁਰੂਕਾ ਤੋਂ ਖਬਰ ਜ਼ਿਲ੍ਹੇ ਜਿੱਥੇ ਸਤਸੰਗ ਭਵਨ ਚ ਇਕਾਂਤ ਵਾਸ ਕੀਤੇ ਗਏ ਦੋ ਵਿਅਕਤੀਆਂ ਨੂੰ ਕਰੋਨਾ ਪੋਜ਼ਟਿਵ ਆਇਆ ਹੈ ਫਗਵਾੜਾ ਤੋਂ ਖਬਰ ਹਜ਼ੂਰ ਸਾਹਿਬ ਤੋਂ ਆਏ ਤਿੰਨ ਜਣਾਂ ਦੀ ਰਿਪੋਰਟ ਪੋਜ਼ਟਿਵ ਆਈ ਅਮਰਸਰ ਦੇ ਰਾਜਾ ਸੰਸੇ ਤੋਂ ਖਬਰ ਹਜ਼ੂਰ ਸਾਹਿਬ ਤੋਂ ਆਏ 29 ਜਣਾਂ ਚੋਂ 21 ਕਰੋਨਾ ਰਿਪੋਰਟ ਪੋਜ਼ਟਿਵ ਆਈ ਨਮਾਸ਼ਹਿਰ ਤੋਂ ਖਬਰ ਹੈ ਹਜ਼ੂਰ ਸਾਹਿਬ ਤੋਂ ਪਰਤੇ ਦੋਸ਼ਰਦੌਲੰਗ ਦੀ ਰਿਪੋਰਟ ਵੀ ਕਰੋਨਾ ਪੋਜ਼ਟਿਵ ਆਈ ਹੁਸ਼ਿਆਰਪੁਰ ਦੇ ਪਿੰਡ ਮੋਰਾਵਾਲੀ ਚ 34 ਸ਼ੱਕੀਆਂ ਦੇ ਨਮੂਨੇ ਲੈ ਗਏ ਤੇ 95 ਘਰਾਂ ਨੂੰ ਇਕਾਂਤ ਵਾਸ ਕੀਤਾ ਗਿਆ ਹੈ ਫਰੋਜ਼ਪੁਰ ਚ ਕਰੋਨਾ ਨੇ ਫਿਰ ਤੋਂ ਦਸਤਕ ਦੇ ਦਿੱਤੀ ਹੈ ਜਦੋਂ ਹਜ਼ੂਰ ਸਾਹਿਬ ਤੋਂ ਆਇਆ ਇੱਕ ਸ਼ਰਧਾਲੂ ਕਰੋਨਾ ਪੌਜ਼ਟਿਵ ਆਇਆ ਗਿਆ ਹੈ ਬਾਬਾ ਬਕਾਲਾ ਦੇ ਤਿੰਨ ਮਰੀਜ਼ਾਂ ਦੀ ਰਿਪੋਰਟ ਪੌਜ਼ਟਿਵ ਆਈ ਹੈ ਰੋਪੜ ਤੋਂ ਖਬਰਾਂ ਅਨੁਸਾਰ ਹਜ਼ੂਰ ਸਾਹਿਬ ਤੋਂ ਪਰਤੇ ਜ਼ਿਲ੍ਹੇ ਦੇ ਦੋ ਜਣਾਂ ਦੀ ਰਿਪੋਰਟ ਵੀ ਕਰੋਨਾ ਤੋਂ ਪੌਜ਼ਟਿਵ ਆਈ ਹੈ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਸਾਥੀ ਭਾਈ ਦਰਸ਼ਨ ਸਿੰਘ ਤੇ ਭਾਈ ਗੁਰਪ੍ਰੀਤ ਸਿੰਘ ਨੇ ਵੀ ਕਰੋਨਾ ਜੰਗ ਜਿੱਤ ਲਈ ਹੈ ਤੇ ਹਸਪਤਾਲੋਂ ਘਰ ਪਰਤੇ ਨੇ ਖਮਾਣੋ ਦੇ ਪਿੰਡ ਬਰਵਾਲੀ ਖੁਰਦ ਵਿੱਚ ਇੱਕ ਆਪੀ ਜੋ ਕਰੋਨਾ ਪੀੜਤਾ ਦਾ ਪਤੀ ਸੀ ਬੈਂਕ ਚ ਆਇਆ ਪੈਸੇ ਕਢਾਉਣ ਇਸ ਕਾਰਨ ਪੂਰੀ ਬੈਂਕ ਸੀਲ ਕਰ ਦਿੱਤੀ ਗਈ। ਲੁਧਿਆਣਾ ਸ਼ਹਿਰ ਵਿੱਚ ਕਰੋਨਾ ਦੇ ਕਹਿਰ ਹੇਠ ਹਾਲੇ ਵੀ ਕਰੋਨਾ ਦਾ ਕਹਿਰ جاری ਹੈ। ਅੱਜ 34 ਹੋਰ ਕਰੋਨਾ ਕੇਸ ਪੋਜ਼ਿਟਿਵ ਆ ਗਏ। ਵੱਡੀ ਗਿਣਤੀ ਹੈ। ਲੁਧਿਆਣਾ 'ਚ ਪੂਰਾ ਹੜਕੰਪ ਮਚ ਗਿਆ। ਹੁਣ ਲੁਧਿਆਣਾ ਵਿੱਚ 66 ਮਰੀਜ਼ਾਂ ਦਾ ਅੰਕੜਾ ਹੋ ਗਿਆ ਹੈ। ਮੁਹਾਲੀ ਵਿੱਚ ਦੋ ਹੋਰ ਕੇਸ ਪੋਜ਼ਿਟਿਵ ਆਉਣ ਕਾਰਨ ਕੁੱਲ ਮਰੀਜ਼ਾਂ ਦੀ ਗਿਣਤੀ 86 ਤੱਕ ਚਲੀ ਗਈ ਹੈ। ਗੁਰਦਾਸਪੁਰ ਤੇ ਕਾਦੀਆਂ ਤੋਂ ਖਬਰ ਹਜ਼ੂਰ ਸਾਹਿਬ ਤੋਂ ਪਰਤੇ ਇੱਕ ਬੱਚੇ ਸਮੇਤ ਤਿੰਨ ਨੂੰ ਕਰੋਨਾ ਪਾਇਆ ਗਿਆ ਹੈ। ਮੁਹਾਲੀ ਵਿੱਚ 11 ਹੋਰ ਕੇਸ ਆ ਗਏ ਕੁੱਲ ਗਿਣਤੀ 84 ਹੋ ਗਈ ਹੁਣ ਜੇ ਪੂਰੇ ਪੰਜਾਬ ਦੀ ਗਿਣਤੀ ਦੀ ਗੱਲ ਕਰੀਏ ਤਾਂ ਕੇਸ ਜਿਹੜੇ ਆ ਕਰੋਨਾ ਦੇ 480 ਬਣ ਗਏ ਨੇ ਤੇ ਮੌਤਾਂ ਹੁਣ ਤੱਕ ਪੰਜਾਬ ਚ 20 ਹੋ ਚੁੱਕੀਆਂ ਨੇ ਪਟਿਆਲਾ ਦੀ ਸਬਜ਼ੀ ਮੰਡੀ ਵਿੱਚ ਪਿਛਲੇ ਦਿਨੀ ਨਿਹੰਗਾਂ ਨਾਲ ਹੋਈ ਲੜਾਈ ਵਿੱਚ ਹੱਥ ਘਟਵਾਰ ਬੈਠੇ ਥਾਣੇਦਾਰ ਹਰਜੀਤ ਸਿੰਘ ਤੰਦਰੁਸਤ ਹੋ ਗਿਆ ਘਰ ਪਰਤ ਆਇਆ ਐ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਉਸ ਦਾ ਬੈਂਡ ਦੀਆਂ ਤੁਣਾ ਚ ਨਿਗਾ ਸਵਾਗਤ ਕੀਤਾ ਹਰਜੀਤ ਸਿੰਘ ਨੂੰ ਤਰੱਕੀ ਦੇ ਕੇ ਸਬ ਇੰਸਪੈਕਟਰ ਬਣਾਇਆ ਗਿਆ ਤੇ ਡੀਜੀਪੀ ਪੰਜਾਬ ਦਿਨਕਰ ਗੁਪਤਾ ਵੱਲੋਂ ਉਸਦੇ ਪੁੱਤਰ ਨੂੰ ਹੈੱਡ ਕਨਸਟੇਬਲ ਪੰਜਾਬ ਪੁਲਿਸ ਵਿੱਚ ਭਰਤੀ ਕੀਤਾ ਗਿਆ ਪਟਿਆਲਾ ਦੇ ਪਾਤੜਾ ਤੋਂ ਖਬਰ ਹਾੜੀ ਦੇ ਸੀਜ਼ਨ ਦੌਰਾਨ ਮਹਾਰਾਸ਼ਟਰ ਚ ਕਣਕ ਦੀ ਵਾਢੀ ਲਈ ਕੰਬਾਇਨਾਂ ਨਾਲ ਗਏ ਪੰਜਾਬੀ ਮਜ਼ਦੂਰਾਂ ਨੂੰ ਵਾਪਸ ਲੈ ਕੇ ਆਰੀ বাস ਨੂੰ ਪਾਤੜਾ ਪ੍ਰਸ਼ਾਸਨ ਨੇ ਅੰਤਰਰਾਜੀ ਸਰਹੱਦ ਤੇ ਵਾਪਸ ਮੋੜ ਦਿੱਤਾ ਪਿੰਡ ਢਾਬੀ ਗੁਜਰਾਣ ਚ ਨਾਕਰੇਤਨਾਤ ਪੁਲਿਸ ਫੋਰਸ ਨੇ ਉੱਚ ਅਧਿਕਾਰੀਆਂ ਨੂੰ ਮਜ਼ਦੂਰਾਂ ਦੇ ਆਉਣ ਬਾਰੇ ਸੂਚਿਤ ਕੀਤਾ ਸੀ ਦੂਜੇ ਵੱਨੇ ਡੱਬ ਵਾਲੀ ਬਠਿੰਡਾ ਤੋਂ ਖਬਰ ਕਰੋਨਾ ਵਾਇਰਸ ਕਰਕੇ ਦੇਸ਼ ਵਿਆਪੀ ਤਾਲਾਬੰਦੀ ਕਾਰਨ ਹਜ਼ੂਰ ਸਾਹਿਬ ਵਿਖੇ ਕਰੀਬ ਡੇਢ ਮਹੀਨਾ ਘਰੇ ਰਹੇ ਪੰਜਾਬ ਦੇ 2293 ਸ਼ਰਧਾਲੂ ਕਰੀਬ 80 ਸਰਕਾਰੀ ਬੱਸਾਂ ਨਾਲ ਹੀ ਵਾਪਸ ਲਿਆਂਦੇ ਗਏ ਪੰਜਾਬ ਪੰਜਾਬ 'ਚ ਕਰੀਬ 3500 ਸ਼ਰਧਾਲੂ ਫਸੇ ਹੋਏ ਸਨ ਪੰਜਾਬ ਦੇ ਜਿਹੜੇ ਵਾਪਸੀ ਦਾ ਦੂਜਾ ਗੇੜ ਸ਼ੁਰੂ ਹੋਇਆ ਹੈ ਸ਼ਰਧਾਲੂ ਪੰਜਾਬ ਸਰਕਾਰ ਤੋਂ ਕਾਫੀ ਖਫਾ ਦਖਾਈ ਦੇ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲਾਕਡਾਊਨ ਕਰਕੇ ਬਾਹਲੇ ਸੂਬਿਆਂ ਵਿੱਚੋਂ ਪਸੇ ਪੰਜਾਬੀਆਂ ਨੂੰ ਵਾਪਸ ਲਿਆਉਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਹੈ ਪਰ ਇਹਨਾਂ ਨੂੰ 21 ਦਿਨਾਂ ਲਈ ਇਕਾਂਤਵਾਸ ਵਿੱਚ ਰਹਿਣਾ ਪਏਗਾ ਕੈਪਟਨ ਨੇ ਕਿਹਾ ਕਿ ਸੂਬੇ ਨੇ ਸਾਰੇ ਜ਼ਿਲ੍ਹਿਆਂ 'ਚ ਇਕਾਂਤਵਾਸ ਲਈ ਬੰਦੋਬਸਤ ਕੀਤੇ ਨੇ ਕੈਪਟਨ ਨੇ ਕਿਹਾ ਕਿ ਦੂਜੇ ਸੂਬਿਆਂ ਤੋਂ ਆਉਣ ਵਾਲਿਆਂ ਨੂੰ ਇਕਾਂਤਵਾਸ ਵਿੱਚ ਰੱਖਣਾ ਲੋਕਾਂ ਦੀ ਸੁਰੱਖਿਆ ਵਾਸਤੇ ਜ਼ਰੂਰੀ ਬਣ ਗਿਆ ਹੈ ਕੱਲ ਕੈਪਟਨ ਨੇ ਬਿਆਨ ਦਿੱਤਾ ਸੀ ਕਿ ਕਰਫਿਊ ਦੇ ਵਿੱਚ ਟਲ ਦਿੱਤੀ ਗਈ ਹੈ ਇਹ 3 ਮਈ ਤੋਂ ਬਾਅਦ ਸ਼ੁਰੂ ਹੋਣੀ ਸੀ ਪਰ ਲੋਕਾਂ ਨੇ ਅੱਜ ਹੀ ਇਸ ਦੀ ਸ਼ੁਰੂਆਤ ਕਰ ਦਿੱਤੀ ਲੋਕਾਂ ਨੇ ਅੱਜ ਸਵੇਰੇ 7 ਵਜੇ ਤੋਂ ਲੈ ਕੇ 12 ਵਜੇ ਤੱਕ ਪੰਜਾਬ ਦੇ ਵੱਖ-ਵੱਖ ਖੇਤਿਆਂ 'ਚ ਦੁਕਾਨਾਂ ਖੋਲ੍ਹੀਆਂ ਪੁਲਿਸ ਨੂੰ ਕਾਫੀ ਭੱਜਣਾ ਪਈਆ ਪੁਲਿਸ ਨੇ ਲੋਕਾਂ ਦੀਆਂ ਦੁਕਾਨਾਂ ਵੀ ਬੰਦ ਕਰਾਈਆਂ ਕਾਫੀ ਸਾਰੇ ਲੋਕਾਂ ਨੂੰ ਸਖਤੀ ਨਾਲ ਵੀ ਕਿਹਾ ਪਰ ਲੋਕ ਸੜਕਾਂ ਉੱਤੇ ਟਹਿਲਦੇ ਦਿਖਾਈ ਦਿੱਤੇ ਕਾਫੀ ਸਾਰੇ ਲੋਕ ਤਾਂ ਇਸ ਕੋਲੋਂ ਖੁਸ਼ ਨਜ਼ਰ ਆ ਰਹੇ ਸਨ ਕਿ ਉਹਨਾਂ ਨੂੰ ਕਰਫਿਊ ਤੋਂ ਰਾਹਤ ਯਾਨੀ ਢਿੱਲ ਮਿਲ ਗਈ ਹੈ ਖਬਰਾਂ ਅਨਸਾਰ ਕਿ ਇਸ ਵਲੇ ਪੰਜਾਬ ਦੀ ਜਿਹੜੀ ਸਥਿਤੀ ਹੈ ਉਹ ਵੱਖਰੀ ਤਰ੍ਹਾਂ ਦੀ ਬਣੀ ਹੋਈ ਹੈ ਇੱਕ ਪਾਸੇ ਤਾਂ ਮਜ਼ਦੂਰ ਚੱਕੀ ਦੇ ਪੁੜਾਂ ਵਿੱਚ ਪਿਸ ਰਿਆ ਉਧਰੋਂ ਸਿਆਸੀ ਤੇ ਸਮਾਜਿਕ ਮਹਾਰਾ ਦਾ ਕਹਿਣਾ ਹੈ ਕਿ ਪਹਿਲਾਂ ਤਬਲੀਗੀ ਜਮਾਤ ਦੇ ਜਿਹੜੇ ਕੁਝ ਲੋਕ ਸਨ ਉਹਨਾਂ ਨੇ ਦਿੱਲੀ ਵਿੱਚ ਕਰੋਨਾ ਫਲਾਉਣ ਤੋਂ ਕੋਈ ਕਸਰ ਨਹੀਂ ਛੱਡੀ ਦਿੱਲੀੋਂ ਪੰਜਾਬ ਆਏ ਪੰਜਾਬ ਦੇ ਵਿੱਚ ਉਹਨਾਂ ਨੇ ਕਰੋਨਾ ਕੇਸਾਂ 'ਚ ਧੜਾ ਧੜ ਵਾਧਾ ਕੀਤਾ ਹੁਣ ਹਜ਼ੂਰ ਸਾਹਿਬ ਨਾਲ 1.5 ਹਫ਼ਤੇ ਤੋਂ ਆਈ ਸੰਗਤ ਨੇ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਇੰਨਾ ਤਾਂ ਤਬਲੀਗੀਆਂ ਨੇ ਵਾਧਾ ਨਹੀਂ ਕੀਤਾ ਜਿੰਨਾ ਹੁਣ ਹਜ਼ੂਰ ਸਾਹਿਬ ਤੋਂ ਪਰਤੀ ਸਾਧ ਸੰਗਤ ਨੇ ਵਾਧਾ ਕਰ ਦਿੱਤਾ ਇਸ ਨੂੰ ਲੈ ਕੇ ਪੰਜਾਬ ਦੇ ਲੋਕ ਫਿਕਰਾਂ ਵਿੱਚ ਡੁੱਬ ਗਏ ਨੇ ਜਿਹੜੇ ਵੀ ਪੰਜਾਬ ਦੇ ਕਿਸੇ ਪਿੰਡ ਦਾ ਇੱਕ ਜਣਾ ਹਜ਼ੂਰ ਸਾਹਿਬ ਤੋਂ ਪਰਤਿਆ ਸਾਰਾ ਪਿੰਡ ਉਸ ਨੂੰ ਸ਼ੱਕੀ ਨਜ਼ਰਾਂ ਨਾਲ ਵੇਖ ਰਿਹਾ ਤੇ ਉਸ ਨੂੰ ਪਿੰਡ ਤੋਂ ਬਾਹਰ ਹਸਪਤਾਲ ਵਿੱਚ ਦਾਖਲ ਕੀਤੇ ਜਾਣ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਵੀ ਪਿੰਡ ਅਦਾ ਕਰਦਾ ਨਜ਼ਰ ਆ ਰਿਹਾ ਹੈ ਖਬਰ ਨਵੀਂ ਦਿੱਲੀ ਤੋਂ ਭਾਰਤ ਚ ਹੌਟ ਸਪੌਟ ਜ਼ਿਲ੍ਹਿਆਂ ਦੀ ਗਿਣਤੀ 15 ਦਿਨਾਂ ਚ 170 ਤੋਂ ਘਟ ਕੇ 129 ਰਹਿ ਗਈ ਹੈ ਹੰਝਲਾਗ ਮੁਕਤ ਜ਼ਿਲ੍ਹਿਆਂ ਜਾਂ ਗ੍ਰੀਨ ਜ਼ੋਨਾਂ ਦੀ ਗਿਣਤੀ ਐਨੇ ਸਮੇਂ ਚ 325 ਤੋਂ ਘਟ ਕੇ 307 ਹੋ ਗਈ ਹੈ ਸਰਕਾਰੀ ਸੂਤਰ ਕਹਿੰਦੇ ਆ ਕਿ ਸੰਤਰੀ ਵਜੋਂ ਵਜੋ ਜਾਣੇ ਜਾਂਦੇ ਹੌਟਸਪੌਟ ਰਹਿਤ ਜ਼ਿਲ੍ਹੇ 207 ਤੋਂ ਵੱਧ ਕੇ 297 ਹੋ ਗਏ ਕੇਂਦਰ ਸਰਕਾਰ ਨੇ 15 ਅਪ੍ਰੈਲ ਨੂੰ ਜ਼ਿਲ੍ਹਿਆਂ ਨੂੰ ਤਿੰਨ ਸ਼੍ਰੇਣੀਆਂ 'ਚ ਵੰਡਿਆ ਸੀ ਕੇਂਦਰ ਨੇ 25 ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ 'ਚ 170 ਜ਼ਿਲ੍ਹਿਆਂ ਨੂੰ ਕਰੋਨਾ ਵਾਇਰਸ ਹੌਟਸਪੌਟ ਆਲਾਨਿਆ ਸੀ ਇਹਨਾਂ 'ਚੋਂ 123 ਹੌਟਸਪੌਟ ਜ਼ਿਲ੍ਹੇ ਸਨ ਜਿਨ੍ਹਾਂ 'ਚੋਂ 47 ਥਾਂ 'ਤੇ ਵੱਡੇ ਪੱਧਰ ਤੇ ਮਹਾਮਾਰੀ ਫੈਲੀ ਸੀ ਉਹਨਾਂ 325 ਜ਼ਿਲ੍ਹਿਆਂ 'ਚ ਕਰੋਨਾ ਦਾ ਕੋਈ ਵੀ ਕੇਸ ਨਾ ਹੋਣ ਦੀ ਗੱਲ ਵੀ ਆਖੀ ਗਈ ਸੀ ਕੇਂਦਰ ਸਰਕਾਰ ਨੇ ਦੂਜੇ ਸੂਬਿਆਂ 'ਚ ਫਸੇ ਹੋਏ ਪ੍ਰਵਾਸੀ ਮਜ਼ਦੂਰਾਂ ਸੈਲਾਨੀਆਂ ਤੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਉਹਨਾਂ ਨੂੰ ਕੁਝ ਸ਼ਰਤਾਂ ਨਾਲ ਆਪਣੇ ਮੁਕਾਮ ਤੱਕ ਪਹੁੰਚਣ ਦੀ ਇਜਾਜ਼ਤ ਦਿੱਤੀ ਗਈ ਹੈ ਕੇਂਦਰੀ ਗ੍ਰਹਿਸਕਤਰ ਨੇ ਇੱਕ ਹੁਕਮਾਂ 'ਚ ਕਿਹਾ ਹੈ ਕਿ ਫਸੇ ਹੋਏ ਲੋਕਾਂ ਨੂੰ ਮੁਕਾਮ ਤੇ ਪਹੁੰਚਾਉਣ ਲਈ ਬੱਸਾਂ ਦੀ ਵਰਤੋਂ ਕੀਤੀ ਜਾਏ ਇਹ ਬੱਸਾਂ ਸੈਨੀਟਾਈਜ਼ ਹੋਣਗੀਆਂ ਬੱਸਾਂ ਅੰਦਰ ਬੈਠਣ ਵੇਲੇ ਵੀ ਲੋਕਾਂ ਨੂੰ ਸਮਾਜਿਕ ਦੂਰੀ ਦਾ ਪਾਲਣ ਕਰਨਾ ਪੈਣਾ ਹੈ ਹਨ ਗ੍ਰਹਿ ਮੰਤਰਾਲੇ ਦੇ ਹੁਕਮਾਂ ਦੀ ਸਪਸ਼ਟੀ ਨਹੀਂ ਕਿ ਕੋਈ ਵਿਅਕਤੀ ਜਾਂ ਪਰਿਵਾਰ ਵੀ ਇਸ ਵਿੱਚ ਸ਼ਾਮਲ ਹੋਵੇਗਾ ਜਾਂ ਨਹੀਂ ਹੋਵੇਗਾ ਸੰਯੁਕਤ ਰਾਸ਼ਟਰ ਕਹਿੰਦਾ ਹੈ ਸੰਯੁਕਤ ਰਾਸ਼ਟਰ ਦੇ ਜਨ ਸਕੱਤਰ ਅੰਟਾਨੀਓ ਗੋਟੇਰੇਜ ਅਨੁਸਾਰ ਕਿ ਪ੍ਰਦੂਸ਼ਣ ਫਲਾਉਣ ਵਾਲੀਆਂ ਸੰਤਾਨਾਂ ਨੂੰ ਕੋਵਿਡ-19 ਮਹਾਮਾਰੀ ਤੋਂ ਉੱਭਰਨ ਦੇ ਉਪਰਾਲਿਆਂ ਦੌਰਾਨ ਕੋਈ ਛੋਟ ਨਹੀਂ ਮਿਲਣੀ ਚਾਹੀਦੀ ਜਲਵਾਯੂ ਬਦਲਾਅ ਸੰਬੰਧੀ ਪੀਟਰਸਬਰਗ ਵਿਚਾਰ-ਚਰਚਾ ਨੂੰ ਆਨਲਾਈਨ ਸੰਬੋਧਨ ਕਰਦੇ ਹਾਂ ਗੋਟੇਰੇਜ ਨੇ ਕਿਹਾ ਕੋਵਿਡ-19 ਤੋਂ ਉੱਬਰਣ ਦੀ ਪ੍ਰਕਿਰਿਆ ਦੌਰਾਨ ਕਾਰਬਨ ਦਾ ਪ੍ਰਵਾਹ ਘਟਕ ਕੇ ਜਲਵਾਯੂ ਪੱਖੀ ਵਿਕਾਸ ਕਰਕੇ ਅਸੀਂ ਸਾਰਿਆਂ ਲਈ ਇੱਕ ਸਾਫ਼, ਹਰਾਨੀ ਭਰੀ, ਸੁਰੱਖਿਅਤ ਅਤੇ ਖੁਸ਼ਹਾਲ ਦੁਨੀਆ ਬਣਾ ਸਕਦੇ ਹਾਂ ਦੂਜੇ ਬੰਨੇ ਲੰਡਨ ਲੈ ਚਲਦੇ ਆਂ ਜੀ ਲੰਡਨ ਤੋਂ ਖਬਰਾਂ ਅਨੁਸਾਰ ਬਰਤਾਨਵੀ ਪ੍ਰਧਾਨ ਮੰਤਰੀ ਬੌਰਸ ਜੌਨਸਨ ਜਿਹੜੇ ਪਿਛਲੇ ਦਿਨੀ ਕਰੋਨਾ ਤੋਂ ਬਾਹਰ ਉੱਭਰੇ ਤੇ ਕਰੋਨਾ ਤੋਂ ਫਤਿਹ ਪਾਈ ਉਹਨਾਂ ਦੀ ਮੰਗੇਤਰ ਕੈਰੀ ਸਾਈਮੰਸ ਨੇ ਐਲਾਨ ਕੀਤਾ ਹੈ ਕਿ ਲੰਡਨ ਦੇ ਇੱਕ ਸਰਕਾਰੀ ਹਸਪਤਾਲ 'ਚ ਉਹਨਾਂ ਦੇ ਇੱਕ ਪੁੱਤਰ ਨੇ ਜਨਮ ਲੈ ਲਿਆ ਬੱਚਾ ਨਿਸ਼ਚਿਤ ਸਮੇਂ ਤੋਂ ਕੁਝ ਪਹਿਲਾਂ ਹੋਇਆ ਪਰ ਮਾਂ ਪੁੱਤ ਦੋਵੇਂ ਜਣੇ ਤੰਦਰੁਸਤ ਨੇ ਇਸ ਸਰਕਾਰੀ ਬਲਾਰੇ ਦਾ ਕਹਿਣਾ ਹੈ ਪ੍ਰਧਾਨ ਮੰਤਰੀ ਬੌਰਸ ਜੌਨਸਨ ਤੇ ਸਾਈਮੰਸ ਇਹ ਐਲਾਨ ਕਰਦੇ ਹੈ ਕਾਫੀ ਉਤਸ਼ਾਹਤ ਹੈ ਔਰ ਲੰਡਨ ਦੇ ਕਸਪਤਾਲ ਤੋਂ ਉਨ੍ਹਾਂ ਦੇ ਇੱਕ ਤੰਦਰੁਸਤ ਪੁੱਤਰ ਦਾ ਜਨਮ ਹੋਇਆ ਹੈ ਮਾਂ ਪੁੱਤ ਦੋਵੇਂ ਬਿਲਕੁਲ ਠੀਕ ਠਾਕ ਨੇ ਪ੍ਰਧਾਨ ਮੰਤਰੀ ਤੇ ਸਾਈਮਨਸ ਵੱਲੋਂ ਕੌਮੀ ਸਿਹਤ ਮਿਸ਼ਨ ਦੇ ਡਾਕਟਰਾਂ ਤੇ ਹੋ ਸਿਹਤਮਲੇ ਦਾ ਵੀ ਦਿਲੋਂ ਧੰਨਵਾਦ ਕੀਤਾ ਗਿਆ ਹੈ ਖਬਰ ਦੁਬਈ ਤੋਂ ਆਈ ਹੈ ਦੁਬਈ 'ਚ 16 ਅਪ੍ਰੈਲ ਨੂੰ ਹਾਦਸੇ ਦੌਰਾਨ ਮਾਰੇ ਗਏ ਪਿੰਡ ਬਲੀਏਵਾਲ ਦੇ ਵਸਨੀਕ ਬਲਵਿੰਦਰ ਸਿੰਘ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਹੋਣ ਕਰਕੇ ਉਹਦੀ Laash ਭਾਰਤ ਨਹੀਂ ਲਿਆਂਦੀ ਜਾ ਸਕਦੀ ਦੁਬਈ ਦੇ ਗ੍ਰੀਸ ਪੰਤ ਨਾਂ ਦੀ ਸੰਸਥਾ ਦੇ ਬਲਵਿੰਦਰ ਸਿੰਘ ਦੀ Laash ਭਾਰਤ ਲਿਆਉਣ ਦਾ ਪ੍ਰਬਾਲਾ ਵੀ ਕੀਤਾ ਪਰ ਉਹਦੀ ਰਿਪੋਰਟ ਕਰੋਨਾ ਪੋਜ਼ਿਟਿਵ ਆਉਣ ਮਗਰੋਂ ਸੋਸਾਇਟੀ ਨੇ ਸਾਰੀਆਂ ਰਿਪੋਰਟਾਂ ਪਰਿਵਾਰ ਨੂੰ ਭੇਜੀਆਂ ਹੁਣ ਪਤਨੀ ਦੀ ਪ੍ਰਵਾਨਗੀ ਚਲੀ ਗਈ ਦੁਬਈ ਵਿੱਚ ਹੀ ਉਸ ਦਾ ਸੰਸਕਾਰ ਹੋਵੇਗਾ ਤੇ ਉਸ ਦਾ ਪਰਿਵਾਰ ਉਸ ਤੇ ਸੰਸਕਾਰ ਨੂੰ ਆਨਲਾਈਨ ਵੀਡੀਓ ਕਾਨਫਰੰਸਿੰਗ ਰਾਹੀਂ ਦੇਖ ਸਕੇਗਾ ਖਬਰ ਇਹ ਵੀ ਹੈ ਕਿ ਕਰੋਨਾ ਦੇ ਵੱਧ ਪ੍ਰਕੋਪ ਦੇ باوجود ਅਮਰੀਕਾ ਪਰਤ ਰਹੇ ਨੇ ਐਨ ਆਰ ਆਈ ਔਰ ਪੂਰੀ ਦੁਨੀਆ ਵਿੱਚ ਫੈਲੀ ਕਰੋਨਾ ਵਾਇਰਸ ਮਹਾਮਾਰੀ ਨੇ ਇਸ ਸਮੇਂ ਸਭ ਤੋਂ ਵੱਧ ਕੈਰ ਅਮਰੀਕਾ ਵਿੱਚ ਟਾ ਰੱਖਿਆ ਹੈ ਕਰੋਨਾ ਵਾਇਰਸ ਪੀਟ ਮਰੀਜ਼ਾਂ ਤੇ ਮਰਤਕਾਂ ਦੀ ਗਿਣਤੀ ਅਮਰੀਕਾ ਵਿੱਚ ਸਭ ਤੋਂ ਵਧ ਰਹੀ ਹੈ ਪਰ ਪੰਜਾਬ ਵਿੱਚ ਛੁੱਟੀਆਂ ਕੱਟਣ ਆਏ ਐਨ ਆਰ ਆਈ ਅਮਰੀਕਾ ਜਾਣ ਲੱਗੇ ਹੋਏ ਨੇ ਪਿਛਲੇ 10 ਦਿਨਾਂ ਤੋਂ ਅਮਰੀਕਾ ਐਮਬੈਸੀ ਲੁਧਿਆਣਾ ਵਿੱਚ 20 ਤੋਂ ਵੱਧ ਵਿਸ਼ੇਸ਼ ਬੱਚਾ ਰਾਹੀਂ ਪੂਰੇ ਪੰਜਾਬ ਤੋਂ ਆਏ ਕਰੀਬ 800 ਐਨ ਆਰ ਆਈਸ ਦਿੱਲੀ 에어ਪੋਰਟ ਜਾ ਚੁੱਕੇ ਨੇ ਐਨਾ ਹੀ ਨਹੀਂ ਐਨ ਆਰ ਆਈ ਸਮਾਜਿਕ ਦੂਰੀ ਭੁੱਲ ਕੇ ਕਈ-ਕਈ ਘੰਟੇ ਧੋਪੇ ਲੱਗੀਆਂ ਲਾਈਨਾਂ ਵਿੱਚ ਖੜੇ ਹੋ ਕੇ ਬਸ ਦੇ ਰਾਹੀਂ ਅਮਰੀਕਾ ਜਾਣ ਦੀ ਕਾਲ ਵਿੱਚ ਜਾਪਦੇ ਆ ਜਦੋਂ ਕਿ ਲ ਜਾਣਾ ਜਾਜਨੇ ਆ ਦਰਅਸਲ ਮਾਰਚ ਮਹੀਨੇ ਵਿੱਚ ਤਾਲਾਬੰਦੀ ਕਾਰਨ ਅਮਰੀਕਾ ਤੋਂ ਪੰਜਾਬ ਆਏ ਵੱਖ-ਵੱਖ ਦੇਸ਼ਾਂ ਦੇ ਐਨ ਆਰ ਆਈਸ ਇੱਥੇ ਹੀ ਫਸ ਗਏ ਸਨ ਔਰ ਖਬਰਾਂ ਚ ਕਿਹਾ ਗਿਆ ਹੈ ਅਮਰੀਕਾ ਵਿੱਚ ਮੌਜੂਦਾ ਦੌਰਾਨ ਲੱਖਾਂ ਜਿਹੜੀਆਂ ਮੌਤਾਂ ਹੋਈਆਂ ਲੱਖਾਂ ਜਿਹੜੇ ਕੇਸ ਨੇ ਤੇ ਮੌਤਾਂ ਦੀ ਗਿਣਤੀ ਵੀ ਕਿੰਨੀ ਵਧ ਗਈ ਹੈ ਇਹ ਤੋਂ ਬਾਅਦੂਦ ਅਮਰੀਕਾ ਦਾ ਪੰਜਾਬੀ ਦੇ ਐਨ ਆਰ ਆਈ ਮੋਹ ਨਹੀਂ ਛੱਡ ਰਿਹਾ ਪਿਛਲੇ 1 ਹਫਤੇ ਦੌਰਾਨ ਅਮਰੀਕਾ ਅੰਬੈਸੀ ਰਾਹੀਂ 20 ਤੋਂ ਵੱਧ ਬਸਾਂ ਐਨਆਰਆਈ ਦਿੱਲੀ ਤੋਂ ਅਮਰੀਕਾ ਲਈ ਰਵਾਨਾ ਹੋਏ ਸਨ ਔਰ ਜ਼ਿਕਰ ਹੋਇਆ ਕਿ ਯੂਐਸਏ ਅੰਬੈਸੀ ਦੇ ਕੁਝ ਅਧਿਕਾਰੀ ਲੁਧਿਆਣਾ ਚ ਮੌਜੂਦ ਨੇ ਇੱਥੋਂ ਰਜਾਨਾ ਭਾਈ ਵਾਲਾ ਚੌਕ ਨੇੜੇ ਅਮਰੀਕਾ ਜਾਣ ਵਾਲੇ ਐਨਆਰਆਈ ਦੇ ਕਾਗਜ਼ात ਚੈੱਕ ਕਰਦੇ ਐ ਉਹਨਾਂ ਨੂੰ ਬਸਾਂ ਚ ਭਾਉਂਦੇ ਐ ਉੱਥੋਂ ਵਿਸ਼ੇਸ਼ ਉਡਾਣਾਂ ਰਾਹੀਂ ਅਮਰੀਕਾ ਭੇਜਦੇ ਐ ਸਲਤੀ ਸ਼ਹਿਰ ਲੁਧਿਆਣਾ ਚੇਹ 18 April ਨੂੰ 7 ਬਸਾਂ ਰਾਹੀਂ ਕਰੀਬ 300 ਦੇ ਕਰੀਬ ਲੋਕਾਂ ਨੂੰ ਅਮਰੀਕਾ ਤੇ ਆਸਟ੍ਰੇਲੀਆ ਲਈ ਰਵਾਨਾ ਕੀਤਾ ਗਿਆ 24 April ਨੂੰ 10 ਬਸਾਂ ਰਾਹੀਂ 250 ਲੋਕ ਅਮਰੀਕਾ ਗਏ 28 April ਨੂੰ 10 ਬਸਾਂ ਰਾਹੀਂ 250 ਤੋਂ ਵੱਧ ਲੋਕਾਂ ਨੂੰ ਅਮਰੀਕਾ ਜਾਣ ਲਈ ਦਿੱਲੀ 에ਰਪੋਰਟ ਭੇਜਿਆ ਜਾ ਚੁੱਕਿਆ ਅਮਰੀਕਾ ਦੇ ਸ਼ਹਿਰ ਨਿਊਯਾਰਕ ਦੇ ਵਾਸੀ ਅਮਰਿੰਦਰ ਸਿੰਘ ਨੇ ਇੱਕ ਦੱਸਿਆ ਕਿ ਉਹਨਾਂ ਯੂਐਸਏ ਐਮਬੈਸੀ ਤੇ ਈਮੇਲ ਕੀਤੀ ਫਿਰ ਉੱਥੋਂ ਉਹਨਾਂ ਨੇ ਦੱਸਿਆ ਕਿ ਵਿਸ਼ੇਸ਼ ਬਸਾਂਹੀਂ ਦਿੱਲੀ एयरपोर्ट ਤੇ ਲਜਾਇਆ ਜਾਏਗਾ ਤੇ ਉਥੋਂ ਹੀ ਉਹ ਅਮਰੀਕਾ ਜਾ ਸਕਤੇ ਨੇ ਦੋਸਤੋ ਇਹ ਤਸੀ ਦੇਸ਼ ਦਸ਼ਾਂਤਰ ਪੰਜਾਬ ਭਾਰਤ ਤੇ ਹੋਰ ਨਾ ਮੁਲਕਾਂ ਨਾਲ ਜੁੜੀਆਂ ਕਰੋਨਾ ਦੇ ਕਹਿਰ ਬਾਰੇ ਵੱਖ-ਵੱਖ ਤਰ੍ਹਾਂ ਦੀਆਂ ਰਿਪੋਰਟਾਂ ਖਬਰਾਂ ਦਾ ਦੁਜਾ ਹੈ ਸਮੁਖ ਦਾ ਨਿੰਦਰ ਕੁਗਿਆਨਮੀ ਨੂੰ ਦਿਓ ਇਜਾਜ਼ਤ ਆਪਾਂ ਮਿਲਾਂਗੇ ਕੱਲ ਰੱਬ ਖੈਰ ਕਰੇ ਆਪਣਾ ਰੱਖਣਾ ਧਿਆਨ ਸਾਰਿਆਂ ਵਾਸਤੇ ਸ਼ੁਭ ਕਾਮਨਾਵਾ